ਉਹ ਜਿੱਦਾਂ ਕੋਈ ਬਜ਼ੁਰਗ ਸੀ ਨਾ ਤੇ ਉਹ ਬਾਸ ਚ ਚੜਿਆ ਅੱਗੇ ਦੋਹਾਂ ਦੀ ਸੀਟ ਤੇ ਸਾਫਾ ਪਿਆ ਹੂੰ ਤੇ ਉਹਨੇ ਸਾਫਾ ਪਾਸੇ ਕਰਕੇ ਬਾਬਾ ਬਹਿ ਗਿਆ ਹੂੰ ਤੇ ਉਹ ਬੰਦਾ ਆਇਆ ਤੇ ਉਹ ਆ ਕੇ ਕਹਿੰਦਾ ਬਾਬਾ ਮੈਂ ਸੀਟ ਮੱਲੀ ਸੀ ਆਖੇ ਤੂੰ ਇੱਥੇ ਬਹਿ ਜਾ ਨਾਲ ਮੇਰੇ ਹੂੰ ਆਖੇ ਦੂਈ ਸੀਟ ਤਾਂ ਮੈਂ ਆਪਣੀ ਵਾਈਫ ਵਾਸਤੇ ਰੱਖੀ ਸੀ ਅੱਛਾ ਉਹ ਕਹਿੰਦਾ ਪੁੱਤ ਜੇ ਵਾਈਫ ਟੁੱਟਣ ਭੱਜਣ ਵਾਲੀ ਨਹੀਂ ਤੇ ਛਾਤੇ ਰੱਖ ਦੇ ਆਖੇ ਸੀਟ ਥੱਲੇ ਦੇ ਦੇ ਕਿ ਜੇ ਭਾਰ ਬੋਤਾ ਨਹੀਂ ਤੇ ਆਖੇ ਮੈਨੂੰ ਹੀ ਫੜਾ ਦੇ ਭਾਈ 10ਵੀਂ ਤੱਕ ਕਿਤਾਬ ਹੀ ਹੈ ਨਹੀਂ ਹੂੰ ਕਿਤਾਬ ਹੀ ਹੈ ਨਹੀਂ ਪੰਜਾਬੀ ਦੀ ਹਾਂ ਜਿਹੜੀ ਕੌਮ ਨੇ ਵੀ ਤਰੱਕੀ ਕੀਤੀ ਉਹਨਾਂ ਨੇ ਆਪ ਦੀ ਮਾਂ ਬੋਲੀ ਚ ਕੀਤੀ ਹੈ। ਹੂੰ ਤੇ ਉਹ ਸਾਡੀ ਜਿਹੜੀ ਮਾਂ ਬੋਲੀ ਇਹਨੂੰ ਉਹਨਾਂ ਨੇ ਰੱਖਿਆ ਹੈ। ਉਹ ਜਿੱਦਾਂ ਚੂਹਾ ਚੜ ਗਿਆ ਉਹਨਾਂ ਦੀ ਛੱਤ ਤੇ ਭੱਜਿਆ ਫਿਰੇ ਨਾ ਤੇ ਉਹ ਮਰਾਸੀ ਮਾਰਨਾ ਚਾਹੁੰਦੇ ਸੀ ਉਹਨੂੰ ਤੇ ਉਹ ਜੜ ਗਿਆ ਛੱਤ ਤੇ। ਤੇ ਛੱਤ ਤੇ ਜਾ ਕੇ ਕਹਿੰਦਾ ਕਿ ਮੈਂ ਛਾਲ ਮਾਰ ਕੇ ਖੁਦਕੁਸ਼ੀ ਕਰ ਲੂੰਗਾ ਤੁਹਾਡੇ ਕੰਜਰਾਂ ਦੇ ਹੱਥੋਂ ਨਹੀਂ ਮਰਦਾ। ਅੱਛਾ ਹਾਂ ਇਹ ਰੰਗ ਬਰੰਗਿਆਂ ਦੇ ਹੱਥੋਂ ਨਹੀਂ ਆਪਾਂ ਮਰਦੇ ਇਨਸ਼ਾਅੱਲਾ ਪੰਜਾਬੀ ਤੱਕੜੇ ਆ। ਹਾਂ ਬਿਲਕੁਲ ਤੱਕੜੇ ਬਿਲਕੁਲ ਤੱਕੜੇ। ਸੋਹਣਾ ਅਨੇ ਤੱਕੜੇ। ਜੀ ਰੱਬ ਸੋਹਣਾ ਰਹਿਮਤ ਕਰੇ। ਜ ਅੱਛਾ ਪਿੰਡਾਂ ਦੀ ਜ਼ਮੀਨਾਂ ਦੀ ਗੱਲ ਤੇ ਆਪਾਂ ਕਰਨਦੇ ਆ ਪੰਜਾਬੀ ਦਾ ਪੰਜਾਬੀ ਜ਼ੁਬਾਨ ਦਾ ਕੀ ਹਾਲ ਹੈ ਆਪਣੇ ਪੰਜਾਬ 'ਚ ਪੰਜਾਬੀ ਦਾ ਯਾਰ ਹਾਲ ਆ ਵੀ ਇੱਥੇ ਸਕੂਲਾਂ ਦੇ ਵਿੱਚ ਨਾ ਉਹ ਲਾਤੀ ਇਹਨਾਂ ਨੇ ਬੋਲੀਆਂ ਹੋਰ-ਹੋਰ ਲਾਤੀਆਂ ਹਾਂ ਉਹ ਮੈਕ ਦਿਨ ਟੱਪਿਆ ਤੇ ਇੱਕ ਮਾਂ ਆਪਣੇ ਪੁੱਤ ਨੂੰ ਕਹੇ ਅਖੇ ਡੌਂਕੀ ਕੇ ਪਾਸ ਨਾ ਜਾਣਾ ਇਹ ਲੈਗ ਮਾਰੇਗਾ ਹੁਣ ਇਹ ਦੱਸ ਕਿਹੜੀ ਬੋਲਣਾ ਉਹ ਨਾ ਤਿੱਤਰ ਰਹੇ ਨਾ ਬਟੇਰ ਰਹੇ ਬੋਲੀਆਂ ਹੀ ਵਿਗਾੜ ਕੇ ਰੱਖਤੀਆਂ ਹਾਂ ਮਾਂ ਬੋਲੀ ਸੌਖੀ ਬੋਲੀ ਸੀ ਆਪਣੇ ਦੁੱਖ ਸੁੱਖ ਦਾ ਬੰਦੇ ਗੱਲ ਖੁੱਲ ਕੇ ਕਰ ਸਕਦਾ ਚਲੋ ਤੁਸੀਂ ਤਰੱਕੀ ਕਰਨੀ ਆ ਵਨ ਪਵਨੀਆਂ ਬੋਲੀਆਂ ਸਿੱਖੋ ਮੈਂ ਨਹੀਂ ਕਹਿੰਦਾ ਸਿੱਖੋ ਬੋਲੋ ਪਰ ਯਾਰ ਆਪਣੀ ਮਾਂ ਬੋਲੀ ਪੰਜਾਬੀ ਨੂੰ ਕੰਡ ਤਾਂ ਨਾ ਕਰੋ ਇਹਨੂੰ ਨਫ਼ਰਤ ਨਾ ਨਫ਼ਰਤ ਲੱਗੇ ਭਾਈ ਕਰਨ ਤੁਸੀਂ ਤਰੱਕੀ ਕਰੋ ਜਿੱਥੇ ਤੇ ਮਰਜ਼ੀ ਪਹੁੰਚ ਜਾਓ ਅਸੀਂ ਕੋਈ ਲੋਕੀ ਆ ਉਹ ਜਿੱਦਾਂ ਕੋ ਬਾਸ ਦੇ ਵਿੱਚ ਨਾ ਤੇ ਉਹ ਬੰਦਾ ਬੈਠਾ ਤੇ ਨਾਲ ਆ ਕੇ ਕਿ ਬੀਬੀ ਬੈਠੀ ਉਹਦੇ ਕੋਈ ਕਾਕਾ ਸੀ ਤੇ ਉਹ ਬੀਬੀ 2 ਮਿੰਟ ਬਾਅਦ ਕਹਿ ਦਿਆ ਕਰੇ ਅਗੇ ਭਾਈ ਨਾਲ ਨੂੰ ਹੋ ਜਾ ਮੁੰਡੇ ਨੂੰ ਤਾਪ ਚੜਿਆ ਉਹ ਬੰਦਾ ਨਾਲ ਨੂੰ ਹੋ ਗਿਆ ਫਿਰ ਕਹਦਾ ਕਰਿਆ ਕਿ ਭਾਈ ਨਾਲ ਨੂੰ ਹੋ ਜਾ ਮੁੰਡੇ ਨੂੰ ਤਾਪ ਚੜਿਆ ਉਹ ਕਹਿੰਦਾ ਬੀਬੀ ਜੰਮ ਜੰਮ ਚੜੇ ਮੈਂ ਕੋ ਦੋਖੀ ਤਰੱਕੀ ਕਰੋ ਜਿੰਨੀ ਮਰਜ਼ੀ ਕਰੋ ਪਰ ਯਾਰ ਮਾਂ ਬੋਲੀ ਨੂੰ ਤਾਂ ਕੱਢ ਨਾ ਕਰੋ ਇਹਨੂੰ ਤਾਂ ਆਪਣੇ ਨਾਲ ਸੀਨੇ ਨਾਲ ਲਾਈ ਰੱਖੋ ਇਹਨੂੰ ਬੋਲੋ ਜਿੱਥੇ ਆ ਆਪਣਾ ਧੀਆਂ ਪੋਤਾਂ ਨੂੰ ਨਾਲ ਪੰਜਾਬੀ ਵੀ ਸਿਖਾਓ ਮਿੱਠੀ ਜ਼ਬਾਨ ਹੈ ਅਭੀ ਇਹ ਉਹ ਬੋਲੀ ਆ ਜਿਹੜੀ ਸਾਨੂੰ ਕਿਤੋਂ ਸਿੱਖਣੀ ਨਹੀਂ ਪਈ ਇਹ ਸਾਡੀ ਮਾਂ ਦੀ ਗੋਦ ਚ ਸਾਨੂੰ ਸਾਡੀ ਮਾਂ ਨੇ ਸਿਖਾਈ ਹੈ ਅਸੀਂ ਅਕਸਰ ਆਂਦੇ ਹੁੰਨੇ ਪ੍ਰੋਗਰਾਮਸ ਜਾਈਦਾ ਕਿ ਪੂਰੀ ਦੁਨੀਆ ਜਿਹੜੀ ਵਾ ਉਹ ਤਰੱਕੀ ਕਰਦੀ ਆ ਜੇ ਤੁਸੀਂ ਫਰਾਂਸ ਜਾਂਦੇ ਜੇ ਆਂਦੇ ਫਰੈਂਚ ਬੋਲੋ ਜੇ ਚਾਈਨਾ ਜਾਂਦੇ ਚਾਈਨੀਜ਼ ਬੋਲੋ ਜਰਮਨੀ ਜਾਂਦੇ ਆਂਦੇ ਸਾਡੀ ਬੋਲੋ ਤੁਸੀਂ ਪੁਰਤਗਾਲ ਚਲੇ ਜਾਓ ਆਂਦੇ ਸਾਡੀ ਬੋਲੋ ਜੇ ਆਪਾਂ ਹੋਰ ਕਿਸੇ ਬੋਲਕ ਤੁਰ ਜਾਂਦੇ ਆ ਸਾਰੇ ਆਪੋ ਆਪਣੀ ਜ਼ੁਬਾਨ ਵਿੱਚ ਕੀ ਉਹਨਾਂ ਦੇ ਡਾਕਟਰ ਨਹੀਂ ਹੈਗੇ ਕੀ ਉਹਨਾਂ ਦੇ ਸਾਇੰਟਿਸਟ ਨਹੀਂ ਹੈਗੇ ਹਾਂ ਕੀ ਉਹਨਾਂ ਦੇ ਮਤਲਬ ਵੀ ਅਸੀਂ ਜੇ ਪੰਜਾਬੀ ਜ਼ੁਬਾਨ ਦੇ ਵਿੱਚ ਜੇ ਪੜਾਂਗੇ ਤੇ ਅਸੀਂ ਸੁਖਾਲੇ ਨਹੀਂ ਰਾਵਾਂਗੇ ਮੈਂ ਤੱਕੇ ਨਾ ਗ੍ਰੈਜੂਏਸ਼ਨ ਕੀਤੀ ਤੱਕ ਤੱਕੇ ਤੁਹਾਡੇ ਨਾਲ ਵੀ ਇੰਗਲਿਸ਼ ਵਾਰ ਵੜਾ ਕੇ ਹਾਂ ਹਾਂ ਵੀ ਜੇ ਇਹ ਮੈਨੂੰ ਲੱਗਦਾ ਵੀ ਅਸੀਂ ਤੇ ਪੜੀਏ ਪੰਜਾਬੀ ਸਾਡੇ ਸਕੂਲਾਂ 'ਚ ਉਸ ਟਾਈਮ ਹੈ ਸੀ ਤੇ ਅਸੀਂ ਸਾਨੂੰ ਪੰਜਾਬੀ ਦਾ ਪਰਚਾ ਐ ਨਾ ਹੁੰਦਾ ਸੀ ਵੀ ਜ ਲੈ ਇਹ ਤਾਂ ਗੱਲ ਹੀ ਹੋਣੀ 15 ਮਿੰਟਾਂ ਨਹੀਂ ਕਰਕੇ ਆਏ ਕਿਉਂਕਿ ਸਾਡੇ ਤੇ ਦਿਮਾਗੇ ਚੜੀ ਏ ਕਿ ਇੱਕ ਲਫਜ਼ ਲਿਖ ਕੇ ਤੇ ਆਓਗੇ ਬਾਈ 10ਵੀਂ ਤੱਕ ਕਿਤਾਬ ਵੀ ਹੈ ਨਹੀਂ ਹੂੰ ਕਿਤਾਬ ਵੀ ਹੈ ਨਹੀਂ ਪੰਜਾਬੀ ਦੀ ਹਾਂ ਜਿਹੜੀ ਕੌਮ ਨੇ ਵੀ ਤਰੱਕੀ ਕੀਤੀ ਉਹਨਾਂ ਨੇ ਆਪਦੀ ਮਾਂ ਬੋਲੀ 'ਚ ਕੀਤੀ ਹੈ ਹੂੰ ਤੇ ਉਹ ਸਾਡੀ ਜਿਹੜੀ ਮਾਂ ਬੋਲੀ ਇਹਨੂੰ ਉਹਨਾਂ ਨੇ ਰੱਖਿਆ ਹਾਂਜੀ ਪਰ ਸਾਡੇ ਜੇ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਮੈਂ ਆ ਗਿਆ ਨਾ ਵੀ ਬਾਹਰ ਤੇ ਲਿਖਿਆ ਪੰਜਾਬ ਅਸੈਂਬਲੀ ਹਾਂ ਅੰਦਰ ਕੁਛ ਨਹੀਂ ਅੰਦਰ ਕੁਛ ਨਹੀਂ ਉਹ ਜਿਹੜਾ ਬੋਲਦਾ ਉਹ ਕਿਹੜਾ ਸੀਗਾ ਉਹਨੇ ਗੱਲ ਕਰੀ ਪੰਜਾਬੀ ਚ ਤੇ ਉਹਨੂੰ ਉਹ ਕਹਿੰਦਾ ਜਿਹੜਾ ਉੱਚੀ ਕੁਰਸੀ 'ਤੋਂ ਕਹਿੰਦਾ ਕਿ ਤੇਰੀ ਰਿਕਾਰਡਿੰਗ ਹੀ ਨਹੀਂ ਹੋਣੀ ਤੂੰ ਪੰਜਾਬੀ ਬੋਲ ਰਿਹਾ ਹੈ ਚੰਗੀ ਪੰਜਾਬ ਅਸੈਂਬਲੀ ਹੈ ਆ ਯਾਦ ਉਹ ਤੇ ਉਰਦੂ ਸਮਝ ਦਿਖਾ ਦਿਓ ਹਾਂ ਵੀ ਅਸੀਂ ਆਨੇ ਵੀ ਦੁੱਖ ਤੇ ਸਾਨੂੰ ਭਈ ਉਰਦੂ ਸਾਡੀ ਕਨੈਕਟਿੰਗ ਲੈਂਗੁਏਜ ਹੈ ਲੇਕਿਨ ਇਹ ਸਾਡੇ ਖਿੱਤੇ ਦੀ ਨਹੀਂ ਹੈ ਸਾਨੂੰ ਉਹਦੇ ਨਾਲ ਕੋਈ ਇਤਰਾਜ਼ ਨਹੀਂ ਹੈ ਲੇਕਿਨ ਬੇਸਿਕ ਜਿਹ ਜਿੱਥੇ ਜਿਹੜਾ ਸਾਡਾ ਹੱਕ ਹੈ ਉਹ ਤੇ ਸਾਡੇ ਨੂੰ ਮਿਲਣਾ ਚਾਹੀਦਾ ਸਿੰਧ ਦੇ ਤਰਜ਼ੋ ਸਿੰਧੀ ਬੋਲੀ ਤੁਹਾਨੂੰ ਉਥੋਂ ਦੀ ਕਾਰਵਾਈ ਜਿਹੜੀ ਆ ਅਸੈਂਬਲੀ ਦੀ ਸਿੰਧ ਜੀ ਮਿਲ ਦੇਖਣ ਨੂੰ ਮਿਲੂਗੀ ਸਰ ਉਥੇ ਖੈਬਰ ਪਖਤੂਨ ਸਾ ਚਲ ਜੋ ਪਸ਼ਤੂ ਬੋਲਦੇ ਆ ਇਹ ਸਾਨੂੰ ਸਾਡਿਆਂ ਨੂੰ ਹੀ ਬਿਮਾਰੀ ਪੈਂਦੀ ਮੌਤ ਪੈਂਦੀ ਹੈ ਜਦੋਂ ਆਪ ਕਿਤੇ ਇਕੱਠੇ ਹੁੰਦੇ ਉਹਦੋਂ ਆਪ ਉਹਦੇ ਵੀ ਘਰਾਂ 'ਚ ਤੋਂ ਬੋਲਦੇ ਆ ਆਪਸ ਦੀ ਗੱਲ ਹੈ ਮੇ ਸਾਡੇ ਬੱਚੇ ਸਕੂਲਾਂ 'ਚ ਹੁਣ ਪੜ੍ਹਦੇ ਆ ਉਰਦੂ ਆ ਬੱਚਿਆਂ ਨਾਲ ਅਸੀਂ ਆ ਮੈਂ ਤੂੰ ਜੇ ਕਰਨ ਲੱਗ ਪੈਨੇ ਆ ਵੀ ਉਰਦੂ ਦੇ ਵਿੱਚ ਬਾਅਦ ਚ ਅਸੀਂ ਪੰਜਾਬੀ ਆਪਸੇ ਪੰਜਾਬੀ ਨਹੀਂ ਉਹ ਉਰਦੂ ਬੋਲਣਾ ਉਰਦੂ ਸਾਡੀ ਕੌਮੀ ਜ਼ਬਾਨ ਹੈ ਅਸੀਂ ਕਿਹੜਾ ਕਹਿੰਦੇ ਨਾ ਪਤਾ ਸਾਡੀ ਮਾਂ ਬੋਲੀ ਨਾਲ ਨਫ਼ਰਤ ਨਾ ਕਰੋ ਇਹਨੂੰ ਨਾਲ ਤੋਰੋ ਨਾਲ ਜਿਵੇਂ ਜਿਵੇਂ ਬਾਕੀ ਬੋਲੀਆਂ ਇਹਨੂੰ ਨਾਲ ਮੈਨੀ ਭਲਾਓ ਨਾ ਇਹਨੂੰ ਨਾਲ ਤੋਰੋ ਹਾਂਜੀ ਬਈ ਮਾਂ ਬੋਲੀ ਦੀ ਤੂੰ ਗੱਲ ਕਰੀ ਨਾ ਆ ਕੇ ਤੇ ਦਿਲ ਨੂੰ ਯਕੀਨ ਕਰੀ ਨਾ ਠਾਰਤਾ ਤੂੰ ਸਕੂਨ ਪਹੁੰਚਿਆ ਤੂੰ ਦੇਖਣਾ ਵੀ ਉਹ ਚੜਦੇ ਪੰਜਾਬ ਵਾਲਿਆਂ ਨੇ ਚੜ੍ਹਾਤੀ ਤੇ ਲੈਹਂਦੇ ਆਲਿਆਂ ਨੇ ਗੱਲਾਂ ਲਾਤੀ ਵੀ ਉਹ ਚੜਦੇ ਪੰਜਾਬ ਵਾਲਿਆਂ ਨੇ ਉਹ ਕੈਨੇਡਾ ਚ ਜਾ ਕੇ ਹੀ ਪੰਜਾਬ ਬਣਾਤਾ ਮਾਂ ਬੋਲੀ ਦੀ ਤਾਕਤ ਯਾਨੀ ਇਹ ਪੰਜਾਬੀ ਨੂੰ ਜਿਨ੍ਹਾਂ ਨੇ ਸਮਝਣਾ ਨਾ ਉਹ ਸਮਝੋ ਵੀ ਕਿੱਥੇ ਪਹੁੰਚਾਤੀ ਅਗਲੇ ਨੇ ਤੇ ਸਾਡੇ ਜਿਹੜੇ ਆ ਉਹ ਅਖੇ ਮਾਂ ਮਾਂ ਨਹੀਂ ਸਿਖਾਣੀ ਸੀ ਨਾ ਜੀ ਤੇ ਉਹ ਮਾਂ ਹੀ ਨਹੀਂ ਉਹ ਅਖੇ ਮਾਂ ਬੋਲੀ ਕਹਿੰਦੇ ਸੀਗੇ ਵੀ ਇਹ ਵਿੱਚ ਮਾਂ ਬੋਲਦੀ ਸੀ ਕਿਉਂ ਉਹਨੂੰ ਤਾਂ ਬੋਲਣ ਨਹੀਂ ਦਿੰਦੇ ਸੀ ਤਾਂ ਇਹਨੂੰ ਮਾਂ ਬੋਲੀ ਕਹਿੰਦੇ ਸੀ ਹੁਣ ਮਾਵਾਂ ਹੀ ਨਹੀਂ ਉਹ ਪੰਜਾਬੀ ਰਹੀਆਂ ਉਹ ਨਿਆਣਿਆਂ ਨੂੰ ਪਹਿਲੀ ਅਖੇ ਗੋਦ ਦਰਸਗਾ ਮੋਬਾਈਲ ਦੇਤੇ ਬਾਈ ਮੋਬਾਈਲਾਂ ਦੇ ਵਿੱਚ ਨਾ ਉਹ ਕਾਰਟੂਨ ਆ ਕਾਰਟੂਨਾਂ ਦੇ ਉੱਤੇ ਉਹ ਬੋਲੀ ਹੋਰ ਆ ਹੂੰ ਹਾਂ ਉਹ ਬੋਲੀ ਹੋ ਰਾ ਮਜ਼ਾ ਪਰ ਸਾਡੇ ਤਾਂ ਉਹ ਨਿਆਣਿਆਂ ਨੂੰ ਜਿਹੜੇ ਮੋਬਾਈਲ ਫੜਾਉਂਦੇ ਜਾਂਮਦਿਆਂ ਨੂੰ ਤੇ ਉਹ ਮਾਂ ਬੋਲੀ ਉੱਥੇ ਹੀ ਖਰਾਬ ਹੋ ਗਈ ਸਕੂਲਾਂ ਦੇ ਵਿੱਚ ਸਕੂਲਾਂ ਦੇ ਵਿੱਚ ਉਹ ਇੱਕ ਨਿਆਣੇ ਨੇ ਕਿਤੇ ਪੰਜਾਬੀ ਚ ਕੋਈ ਪਾਣੀ ਪੂਣੀ ਮੰਗਿਆ ਉਹਦਾ ਨਾਂ ਹੀ ਕੱਟਤਾ ਉਹਨਾਂ ਨੇ ਨਾ ਕਰ ਛੜਿਆ ਹਾਂ ਇੰਨੀ ਸ਼ਕਤੀ ਕਰਦੇ ਤੇ ਉਹ ਮਾਂ ਬੋਲੀ ਕਿੱਥੋਂ ਰਹਿਣੀ ਮਾਂ ਬੋਲੀ ਤਾਂ ਭਾਈ ਜੀ ਪੁਰਾਣੀ ਆ ਇਹ ਜਿਹੜਾ ਹਾਲਾਤ ਇਹਨਾਂ ਨੇ ਕੀਤਾ ਹੋਇਆ ਹੂੰ ਫਿਰ ਸਕੂਲਾਂ ਦੇ ਵਿੱਚ ਉਹ ਨਿਆਣਿਆਂ ਦੀ ਉਹ ਸਿਹਤ ਹੀ ਹੈ ਨਹੀਂ ਹੂੰ ਅਮ ਇਹ ਵੀ ਤੁਹਾਨੂੰ ਮੈਂ ਗੱਲ ਦੱਸਾਂ ਸੇਹਤਾਨੀ ਉਹ ਪੈਂਪਰ ਲਾਲਾ ਕੋ ਜਿੱਥੇ ਲੱਕ ਹੈ ਸੀ ਨਾ ਉੱਥੇ ਰੁਕੇ ਆ ਡੋਲੇ ਖਾਂਦੇ ਫਿਰਦੇ ਆ ਆ ਕੁੜੀਆਂ ਮੁੰਡੀਆਂ ਸਕੂਲੀਏ ਦੇਖ ਲਈ ਤੂੰ ਉਹ ਕੰਟੀਨ ਤੇ ਜਾ ਕੇ ਅੱਜ ਤੱਕ ਕਿਸੇ ਮਾਂ ਪਿਓ ਨੇ ਨਹੀਂ ਦੇਖਿਆ ਵੀ ਉੱਥੋਂ ਲੱਭਦਾ ਕੀ ਆ ਖਾਣ ਕੋਈ ਸ਼ਹਿ ਚਾਹੀਦੀ ਨਹੀਂ ਲੱਭਦੀ ਹਾਂ ਤਾਂ ਸਿਆਣੇ ਕਹਿੰਦੇ ਵੀ ਰੱਜਾਂਗੇ ਤਾਂ ਭੱਜਾਂਗੇ ਨਹੀਂ ਤੇ ਮੂੰਹ ਪਰਨੇ ਵਜਾਂਗੇ ਜੇ ਸੇਹਤ ਹੀ ਨਾ ਹੋਈ ਤੇ ਇਹਨਾਂ ਨੇ ਕੀ ਕਰਨਾ ਤੇ ਕੀ ਲੜਨਾ ਤੇ ਉਹ ਬੱਸ ਜਿਹੜੇ ਸਾਡੇ ਬਜ਼ੁਰਗਾਂ ਕੋ ਬਹਿਣ ਉਹ ਕੋਈ ਮਾਂ ਬੋਲੀ ਸਿਕਣ ਬਜ਼ੁਰਗਾਂ ਨੂੰ ਤਾਂ ਸਮਝ ਨਹੀਂ ਆਂਦੀ ਜਿਹੜੀ ਬੋਲੀ ਉਹ ਬੋਲਦੇ ਆ ਵਿੱਚ ਲਫਾ ਹੀ ਪਤਾ ਨਹੀਂ ਕਿਹੜੇ ਕਿਹੜੇ ਉਹ ਜਿੱਦਾਂ ਕੋਈ ਬਜ਼ੁਰਗ ਸੀ ਨਾ ਤੇ ਉਹ ਬਾਸ ਤੇ ਚੜਿਆ ਅੱਗੇ ਦੋਹਾਂ ਦੀ ਸੀਟ ਤੇ ਸਾਫਾ ਪਿਆ ਹੂੰ ਤੇ ਉਹਨੇ ਸਾਫਾ ਪਾਸੇ ਕਰਕੇ ਬਾਬਾ ਬਹਿ ਗਿਆ ਹੂੰ ਤੇ ਉਹ ਬੰਦਾ ਆਇਆ ਤੇ ਉਹ ਆ ਕੇ ਕਹਿੰਦਾ ਬਾਬਾ ਮੈਂ ਸੀਟ ਮੰਲੀ ਸੀ ਆਖੇ ਤੂੰ ਇੱਥੇ ਬਹਿ ਜਾ ਨਾਲ ਮੇਰੇ ਹੂੰ ਆਖੇ ਦੂਈ ਸੀਟ ਤਾਂ ਮੈਂ ਆਪਣੀ ਵਾਈਫ ਵਾਸਤੇ ਰੱਖੀ ਸੀ ਅੱਛਾ ਉਹ ਕਹਿੰਦਾ ਪੁੱਤ ਜੇ ਵਾਈਫ ਟੁੱਟਣ ਭੱਜਣ ਵਾਲੀ ਨਹੀਂ ਤੇ ਛਾਤ ਤੇ ਰੱਖ ਦੇ ਆਕੇ ਸੀਟ ਥੱਲੇ ਦੇ ਦੇ ਕਿ ਜੇ ਭਾਰ ਬਹੁਤਾ ਨਹੀਂ ਦੇਖੇ ਮੈਨੂੰ ਹੀ ਫੜਾ ਦੇ ਛੋਲੀ ਘਵਾੜ ਦੇ ਉਹ ਗੱਲ ਹੀ ਨਹੀਂ ਉਹ ਸਮ ਬਜ਼ੁਰਗਾਂ ਦੇ ਕੋਲ ਸਮਝ ਨਹੀਂ ਆਂਦੀ ਤੇ ਬਜ਼ੁਰਗ ਜਿਹੜੇ ਵਿਚਾਰੇ ਆ 100 ਚੋਂ 50 ਰਹਿ ਗਏ 40 ਮੰਜੇ ਤੇ ਪਏ ਪਿੱਛੇ ਰਹਿ ਕੇ 10 ਦਸਾਂ ਕੋ ਬਹਿੰਦਾ ਵੀ ਡਰਦੇ ਬੋਲਦੇ ਵੀ ਨਹੀਂ ਵੀ ਮੈਂ ਕੋਈ ਗਲਤ ਨਾ ਬੋਲਦਾ ਬਾਲ ਆਖੜ ਵੀ ਹਾਂ ਤਾਂ ਉਹਨਾਂ ਦਸਾਂ ਕੋ ਬਹਿੰਦਾ ਕੋਈ ਨਹੀਂ ਜੇ ਬਹਿਣ ਤੇ ਉਹ ਸਮਝ ਨਹੀਂ ਆਂਦੀ ਇਹ ਮਾਂ ਬੋਲੀ ਤਾਂ ਭਾਈ ਭਰਾਉਣੀ ਹਾਂ ਨਹੀਂ ਜਿੰਨੀ ਦੇ ਤੱਕ ਤੁਹਾਡੇ ਬਾਰੇ ਸੂ ਜਵਾਨ ਨੇ ਰੱਬ ਸੁਣਾ ਖੈਰ ਕਰੇ ਸਾਡੇ ਪੰਜਾਬ ਚੋਂ ਅਸੀਂ ਦੁਬਾਰਾ ਤੋਂ ਨੂੰ ਕੋਸ਼ਿਸ਼ ਕਰਾਂਗੇ ਇਨਸ਼ਾਅੱਲਾ ਵੀ ਇਹ ਸੋਸ਼ਲ ਮੀਡੀਆ ਬੜੀ ਵੱਡੀ ਤਾਕਤ ਹੈ ਇਹਦਾ ਜੇ ਪੋਜ਼ਿਟਿਵ ਇਸਤੇਮਾਲ ਕਰੋ ਨਾ ਪੋਜ਼ਿਟਿਵ ਚੀਜ਼ਾਂ ਨੂੰ ਲੈ ਕੇ ਚੱਲੋ ਤੇ ਤੁਹਾਡਾ ਉਹ ਜਿਹੜੀ ਰੀਚ ਆ ਉਹ ਬਣ ਜਾਂਦੀ ਹੈ ਕਿ ਤਰ੍ਹਾਂ ਜਿਵੇਂ ਨਾ ਬਿਹਤਰ ਬਿਹਤੀ ਵਾਲੇ ਪਾਸੇ ਆਪਾਂ ਜਾਵਾਂਗੇ ਇਕ ਥਾਂ ਤੇ ਨਾ ਉਹ ਮੈਂ ਦੇਖਿਆ ਹੁਣ ਜਿੱਦਾਂ ਤੁਸੀਂ ਮਾਂ ਬੋਲੀ ਦੀ ਗੱਲ ਕਰਦੇ ਆ ਬੰਦਾ ਇੱਕ ਨਾ ਉਹ ਬੜਾ ਲਿਖਿਆ ਪੜਿਆ ਤੇ ਉਹਨੇ ਨਾ ਤੁਹਾਡੇ ਬਾਰੇ ਚ ਗੱਲ ਕੀਤੀ ਅਖੇ ਨਾਸਰ ਡੋਲੂ ਡੋਲੂ ਕਹਿੰਦਾ ਸੀ ਟਿੰਦੋ ਨੇ ਨਾ ਉਹਨਾਂ ਨੂੰ ਪੜਨਾ ਉਡੀਨ ਲਕਿੰਦਾ ਅਖੇ ਨਾਸਰ ਡੋਲੂ ਕਹਿੰਦਾ ਅਖੇ ਪੰਜਾਬੀ ਦਾ ਨਾ ਉਹ ਉਹ ਕਰਦਾ ਦੁਹੀਆਂ ਬੋਲੀਆਂ ਨਾਲ ਨਫ਼ਰਤ ਕਰਦਾ ਮੈਂ ਕਿਹਾ ਯਾਰ ਨਫ਼ਰਤ ਦੀ ਗੱਲ ਉਹਨੇ ਅੱਜ ਤੱਕ ਨਹੀਂ ਕੀਤੀ ਉਹ ਤਾਂ ਕਹਿੰਦਾ ਕਿ ਪੰਜਾਬੀ ਨਾਲ ਨਫ਼ਰਤ ਨਾ ਕਰੋ ਦੁਹੀਆਂ ਬੋਲੀਆਂ ਬੋਲੋ ਵਣਪਵਨੀਆਂ ਤਰੱਕੀਆਂ ਕਰੋ ਪਰ ਯਾਰ ਮਾਂ ਬੋਲੀ ਨੂੰ ਸੀਨੇ ਲਾਈ ਰੱਖੋ ਇਹ ਗੱਲ ਕਰਦਾ ਬੰਦੇ ਤਾਂ ਗੱਲ ਹੀ ਉਲਟ ਸਮਝਦੇ ਆ ਅਸਲ 'ਚ ਜੋ ਫਿਰ ਆਪਣੇ ਇਹਨੂੰ ਮੈਂ ਹੋਈ ਆਨਾ ਨਾ ਵੀ ਜੇ ਤੁਸੀਂ ਚੀਜ਼ ਨੂੰ ਪੋਜ਼ਿਟਿਵ ਲੈ ਕੇ ਚੱਲੋਗੇ ਨਾ ਤੇ ਤੁਹਾਨੂੰ ਅੱਗੇ ਪੋਜ਼ਿਟਿਵ ਛਾਵਾਂ ਹੀ ਲੱਭਣੀਆਂ ਜੇ ਤੁਸੀਂ ਸੋਚਣਾ ਨੈਗੇਟਿਵ ਤੇ ਤੁਹਾਨੂੰ ਚੀਜ਼ਾਂ ਨੈਗੇਟਿਵ ਹੀ ਨਜ਼ਰ ਆਉਣੀਆਂ ਜੇ ਕਾਲਾ ਵੇਖੋਗੇ ਤੇ ਕਾਲਾ ਹੀ ਦਿਖਣਾ ਜੇ ਚਿੱਟਾ ਵੇਖੋਗੇ ਤੇ ਚਿੱਟਾ ਹੀ ਦਿਖਣਾ ਹੁਣ ਤੁਸੀਂ ਨਜ਼ਰ ਕਿਸ ਨਾਲ ਵੇਖਦੇ ਡਿਪੈਂਡ ਤੁਹਾਡੇ 'ਤੇ ਕਰਦਾ ਹਾਂ ਅਸੀਂ ਇਹ ਪ੍ਰੋਗਰਾਮਸ ਕਰਦੇ ਆ ਨਾ ਤੇ ਇਹ ਰੈਜ਼ਿਸਟੈਂਸ ਹੁੰਦੀ ਹੈ ਲੋਕਾਂ ਦੇ ਵਿੱਚ ਕਈ ਲੋਕ ਹੈ ਨਾ ਰਜਾਈ 'ਚ ਬੈਠ ਕੇ ਕਮੈਂਟ ਕਰ ਦਿੰਦੇ ਹੁੰਦੇ ਨਾ ਕੁਝ ਜਾਈ ਚ ਪੈਰ ਹੁੰਦੇ ਤੇ ਉੱਥੇ ਬੈਠਾ ਕਮੈਂਟ ਕਰਦਾ ਆ ਸਹੀ ਨਹੀਂ ਆ ਗਲਤ ਹੈ ਭਾਈ ਆ ਗਲਤ ਨਹੀਂ ਆ ਸਹੀ ਆ ਇਦਾਂ ਨਹੀਂ ਇਦਾਂ ਹੋਣਾ ਚਾਹੀਦਾ ਲੇਕਿਨ ਉਹਨਾਂ ਨੂੰ ਪਤਾ ਨਹੀਂ ਵੀ ਗਰਾਊਂਡ ਤੇ ਹੁੰਦਾ ਕਿਸ ਤਰ੍ਹਾਂ ਇਹਨੂੰ ਕੰਮ ਕਰਨਾ ਕਿਸ ਤਰ੍ਹਾਂ ਕਰਨਾ ਕਿ ਤੂੰ ਸਾਰੀਆਂ ਚੀਜ਼ਾਂ ਨੂੰ ਵੇਖ ਕੇ ਫੇਰ ਮਦਦ ਨਜ਼ਰ ਆ ਕੇ ਨਹੀਂ ਤੂੰ ਹਿੰਮਤ ਨਾ ਹਾਰੀ ਤੂੰ ਬਹੁਤ ਸੋਹਣਾ ਕੰਮ ਕਰ ਰਿਹਾ ਜੁੜਿਆ ਰਹਾ ਅੱਲਾਹ ਕਾਮਯਾਬੀ ਦੋ ਇਹਨਾਂ ਦੇ ਆਖਿਆ ਨਹੀਂ ਆਪਾਂ ਉਹ ਜਿੱਦਾਂ ਚੂਹਾ ਚੜ ਗਿਆ ਉਹਨਾਂ ਦੀ ਛੱਤ ਤੇ ਭੱਜਿਆ ਫਿਰੇ ਨਾ ਤੇ ਉਹ ਮਰਾਸੀ ਮਾਰਨਾ ਚਾਹੁੰਦੇ ਸੀ ਉਹਨੂੰ ਤੇ ਉਹ ਚੜ ਗਿਆ ਛੱਤ ਤੇ ਤੇ ਛੱਤ ਤੇ ਜਾ ਕੇ ਕਹਿੰਦਾ ਕਿ ਮੈਂ ਛਾਲ ਮਾਰ ਕੇ ਖੁਦਕੁਸ਼ੀ ਕਰ ਲੂੰਗਾ ਤੁਹਾਡੇ ਕੰਜਰਾਂ ਦੇ ਹੱਥੋਂ ਨਹੀਂ ਮਰਦਾ ਅੱਛਾ ਹਾਂ ਇਹ ਰੰਗ ਬਰੰਗਿਆਂ ਦੇ ਹੱਥੋਂ ਨਹੀਂ ਆਪਾਂ ਮਰਦੇ ਇਨਸ਼ਾ ਅੱਲਾ ਪੰਜਾਬੀ ਤੱਕੜੇ ਆ ਹਾਂ ਬਿਲਕੁਲ ਤੱਕੜੇ ਬਿਲਕੁਲ ਤੱਕੜੇ ਸੋਹਣੇ ਨੇ ਤੱਕੜੇ ਕਿਉਂਕਿ ਹੁਣ ਹੁਣ ਅਗਲਾ ਜਿਹੜਾ ਦੌਰ ਹੈ ਨਾ ਅਗਲਾ ਦੌਰ ਘਰਾਂ 'ਚ ਬੈਠ ਕੇ ਟੀਵੀ ਵੇਖਣ ਦਾ ਨਹੀਂ ਹੈਗਾ ਮੁੱਕ ਜਾਣਾ ਹੋਰ 2-4 ਸਾਲ ਇਹ ਸਾਰਾ ਕੁਝ ਸੋਸ਼ਲ ਮੀਡੀਆ ਤੇ ਹੈ ਮੋਬਾਈਲਾਂ ਤੇ ਇਹ ਤੋਂ ਸੋਸ਼ਲ ਮੀਡੀਆ ਤੋਂ ਯਾਦ ਆ ਗਿਆ ਕਿ ਉਹ ਆਂਦੇ ਨਾ ਵੀ ਆਮਾਰੇ ਬੰਦੇ ਤੱਕ ਸ਼ਾਇ ਜਿਹੜੀ ਨਾ ਉਹ ਕੋਈ ਮੁਫਤ ਵੀ ਲੱਭਦੀ ਉਹ ਤੇ ਲੇਟ ਅਪੜਦੀ ਹੈ ਹਾਂ ਹਾਂ ਫੇਸਬੁੱਕ ਤੋਂ ਪੂਰੀ ਦੁਨੀਆ ਪੈਸੇ ਕਮਾਉਣ ਦੀ ਹੈ ਹਾਂ ਹਾਂ ਤੇ ਸਾਡੇ ਇੱਥੇ ਪਾਕਿਸਤਾਨ ਦੇ ਵਿੱਚ ਹਲੇ ਹੈ ਨਹੀਂ ਆ ਪੈਸੇ ਨਹੀਂ ਦਿੰਦੇ ਉਹ ਬਾਈ ਮੇਰੀ ਸੁਣ ਲੈ ਤੂੰ ਪਾਕਿਸਤਾਨ ਨੂੰ ਸਾਰਿਆਂ ਨੂੰ ਛੱਡ ਦੋ ਅਖੇ ਅੰਨਾ ਵੰਡੇ ਸ਼ਰੀਨੀਆਂ ਤੇ ਮੋੜ-ਮੋੜ ਆਪਣੇਆਂ ਨੂੰ ਉਹ ਪਤਾ ਨਹੀਂ ਉਹ ਕਿਹੜਿਆਂ ਨੂੰ ਆਪਣੇਆਂ ਨੂੰ ਦੇਈ ਜਾਂਦੇ ਪੈਸੇ ਉਹ ਮੇਰਾ ਉਹ ਬਣਾਇਆ ਪੇਜ ਫਾਲੋਅਰ ਵੀ ਉਹਦੇ ਤੇ 2.5 ਲੱਖ ਹੋ ਗਏ ਅਖੇ ਪੈਸੇ ਪਹਿਲਾਂ 1 ਰੁਪਈਆ ਨਹੀਂ ਆਇਆ ਮੈਂ ਤਾਂ ਕਿਹਾ ਸੀ ਚਲੋ ਕੋਈ ਹੋਰ ਨਹੀਂ ਕੋਈ 2-4 ਸੂਟ ਲਵਾਂ ਇੱਕ ਰੁਪਈਆ ਹੀ ਨਹੀਂ ਹਜੇ ਤੱਕ ਆਇਆ ਹਾਂਜੀ ਉਹ ਫੇਸਬੁੱਕ ਵਾਲੇ ਆਪਣੇ ਮੁਲਕਾਂ 'ਚ ਵੀ ਲੱਗਦਾ ਅਮਰੀਕਾ ਮੁਲਕਾਂ 'ਚ ਦੇਈ ਜਾਂਦੇ ਉਹ ਬਪਾ ਹੀ ਨਹੀਂ ਕਹਿੰਦੇ ਅਖੇ ਪਾਕਿਸਤਾਨ ਚ ਨਹੀਂ ਮੈਂ ਕਿਹਾ ਪਹਿਲਾਂ ਦੱਸ ਦਿੰਦੇ ਵੀ ਕਿਸੇ ਹੋਰ ਉਹ ਜਿਹੜੇ ਚ ਪਾਕਿਸਤਾਨ ਚ ਆ ਸੀ ਉਹਦੇ ਤੇ ਵੀਡੀਓ ਪਾ ਨਹੀਂ ਜਿਹੜੀਆਂ ਪੁਲਿਸੀਆਂ ਅਮਰੀਕਾ ਲਾਗੂ ਹੁੰਦੀਆਂ ਵਾ ਉਹ ਪਾਕਿਸਤਾਨੀ ਤੇ ਹੋਈ ਸਕਦੀ ਐ ਨਾ ਲਾਗੂ ਨਹੀਂ ਇਹ ਮੈਂ ਉਹਨਾਂ ਦੇ ਮੁਲਕ ਵਾਲੀ ਜੋ ਫੇਸਬੁੱਕ ਤੇ ਚੜਾ ਰਿਆ ਪਾਕਿਸਤਾਨ ਵਾਲੀ ਫੇਸਬੁੱਕ ਦੱਸ ਦਿਓ ਉਹਦੇ ਤੇ ਚੜਾ ਦਿਆ ਕਰਾਂਗਾ ਹੈਗੀ ਇੱਕ ਪੁੱਛਦਾ ਹੈ ਤੇ ਸਾਰਾ ਕੁਝ ਸੇਮ ਹੀ ਇੱਕੋ ਕੁਝ ਅੱਛਾ ਅੱਛਾ ਪੁਲਿਸੀਆਂ ਨਾ ਉਹਨਾਂ ਦੀ ਪੁਲਿਸ ਹੀ ਬਣਾਈ ਆ ਵੀ ਪੁਲਿਸੀ ਦੀ ਵਾਇਲੇਸ਼ਨ ਹੋਏਗੀ ਪਾਕਿਸਤਾਨ ਤੋਂ ਵਾਇਲੇਸ਼ਨ ਹੋਏਗੀ ਤਾਂ ਤੁਸੀਂ ਉਹਨੂੰ ਬਲੌਕ ਕਰ ਦਿਓ ਪੇਜ ਨੂੰ ਉਹ ਸਾਰੀ ਦ ਹਾਂ ਪਾਕਿਸਤਾਨ ਮੋਨਟਾਈਜ਼ੇਸ਼ਨ ਨਹੀਂ ਰੱਖੀ ਨਾਲ ਇੰਡੀਆ ਚੱਲ ਜੂ ਉੱਥੇ ਹੈ ਵਾ ਦੂਜੇ ਮੁਲਕਾਂ ਚ ਬੰਗਲਾਦੇਸ਼ ਹੈ ਵਾ ਦੁਬਈ ਹੈ ਵਾ ਸਾਡੀ ਨਹੀਂ ਹੈਗੀ ਹਾਂ ਕਿ ਇੱਥੇ ਜਿਹੜਾ ਇਹ ਇੱਕ ਕੰਟੈਂਟ ਕ੍ਰੀਏਟਰ ਨੇ ਉਹਨਾਂ ਨਾਲ ਵੀ ਬੜਾ ਵੱਡਾ ਤੱਕਾ ਮੈਨੂੰ ਲੱਗਦਾ ਫੇਸਬੁੱਕ ਵਾਲਿਆਂ ਨੂੰ ਇਹ ਸੋਚਣਾ ਚਾਹੀਦਾ ਹਾਂ ਕਰਨਾ ਚਾਹੀਦਾ ਉਹਨਾਂ ਨੂੰ ਯਾਰ ਉਹ ਕੋ ਗਲੂਕਾਰ ਨੂੰ ਨਾ ਕੋ ਦਾਦ ਮਿਲੇ ਨਾ ਕੋ ਘੈਂਟਾ ਕੇ ਗਾਲੂਗਾ ਉਹ ਹੈ ਉਸ ਤੋਂ ਬਾਅਦ ਉਹ 15 ਤੇ ਕਾਲ ਕਰੂਗਾ ਉਹਨੇ ਉੱਠ ਕੇ ਚਲੇ ਜਾਣਾ ਹਾਂ ਉਹਨੇ ਉੱਠ ਕੇ ਜਾਣਾ ਹਾਂ ਸਾਨੂੰ ਕੁਛ ਆ ਦਿਓ ਯਾਰ ਜਿਹੜੀ ਬਣਦੀ ਐ ਮੈਨੂੰ ਨਹੀਂ ਬਾਕੀਆਂ ਨੂੰ ਵੀ ਦਿਓ ਜਿਹੜੇ ਕੋਈ ਫੇਸਬੁਕ ਤੇ ਆ ਤਾਂ ਪਾਕਿਸਤਾਨ ਚ ਕਰੋ ਫੇਸਬੁਕ ਨੇ ਤਾਂ ਆਪਣੀ ਟੈਂਡ ਫੜੂਈ ਚਾਹੋ ਜਾ ਕਰ ਨੂੰ ਅਸੀਂ ਕੀ ਕਰਨਾ ਅਸੀਂ ਕੀ ਕਰਨਾ ਹੋਰ ਥੋੜਾ ਕੁਝ ਹਾਂ ਅਹੀਂ ਆਪਣੇ ਪੱਠੇ-ਪੁੱਠੇ ਪਾਈਏ ਭਾਈ ਉਹ ਤਾਂ ਉਹ ਤਾਂ ਨਾ ਪਿਛਲਾ ਵੀ ਬੰਜਾਇਆ ਤੇ ਅੱਗੋ ਵੀ ਗੱਲ ਨਾ ਬਣੀ ਹਾਂ ਉਹ ਸਾਡੇ ਇੱਥੇ ਨਾ ਉਹ ਮੁੰਡਾ ਤੇ ਉਹ ਬਾਜੇ ਵਾਲਾ ਵਾਜਾ ਵੀ ਉਹ ਵੱਡਾ ਘੁੰਮ ਕੇ ਜਾਂਦਾ ਗਾਂ ਨੂੰ ਤੇ ਉਹ ਵਜਾਂਦਾ ਤੇ ਉਹ ਨਾ ਇੱਥੇ ਕੋ ਆਣਾ ਸੀ ਮਹਿਮਾਨਿਆ ਖਸੂਸੀ ਤੇ ਉਹਨੂੰ ਘੰਟਾ ਪਹਿਲਾਂ ਹੀ ਉਹਨੇ ਕਹਿਤਾ ਵਜਾ 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 ਕੇ ਉਹ ਮਹਿਮਾਨ ਆਇਆ ਨਾ ਤੇ ਉਹ ਰੁਕਿਆ ਕਰੇ ਸਾਹ ਲੈਣ ਵਾਸਤੇ ਉਹਨੂੰ ਕਰੇ ਵਜਾ ਤੇ ਮਹਿਮਾਨ ਆ ਕੇ ਆਂਦਾ ਪਿਆ ਕਹਿੰਦਾ ਫੇ ਮੇਰੇ ਫੇਫਰੇ ਕੇ ਮੂੰਹ ਨੂੰ ਆਗੇ ਵਜਾ ਵਜਾ ਕੇ ਤੁਹਾਡਾ ਕੇ ਮਹਿਮਾਨ ਤੇ ਅਸੀਂ ਤਾਂ ਭਾਈ ਬੋਲ ਬੋਲ ਕੇ ਥੱਕ ਗਏ ਸਾਨੂੰ ਤਾਂ ਦਿੱਤਾ ਨਹੀਂ 1 ਰੁਪਈਆ ਫੇਸਬੁੱਕ ਦੇ ਹਾਂ ਦੋਵੇਂ ਮੁਲਕਾਂ ਨੂੰ ਦੇ ਜਾਂਦੇ ਪਾਕਿਸਤਾਨ ਨੂੰ ਦਿੰਦੇ ਹਾਂ ਤੇ ਵਾਜੇ ਵਾਲੀ ਕਾਰਨ ਹੋਵੇ ਸਾਡੇ ਨਾਲ ਸਾਡੇ ਭਾਈ ਫੇਫਰੇ ਮੇਰੇ ਕੋ ਤਾਂ ਆ ਤੂੰ ਲਾਇਆ ਨਾ ਇਹ ਤੇਰਾ ਇਹਦਾ ਹੈ ਮੇਰੇ ਕੋ ਹੈ ਨਹੀਂ ਇਹ ਮੈਂ ਸਾਰੀਆਂ ਵੀਡੀਓ ਇਦਾਂ ਜ਼ੋਰ ਲਾ ਲਾ ਕੇ ਨਾ ਮੇਰੇ ਕਲੇ ਨੂੰ ਰੁਗ ਪੈ ਜਾਂਦਾ ਵੀਡੀਓ ਬਣਾ ਕੇ ਯਕੀਨ ਗੇ 1 ਮਿੰਟ ਪੂਰਾ ਜ਼ੋਰ ਲਾ ਕੇ ਬੋਲਦਾ ਕੈਮਰਾ ਦੂਰ ਆਵਾਜ਼ ਪਛਾਣੀ ਹਾਂ ਤੇ ਅੱਗੋ ਸ਼ੈ ਕੋਈ ਨਹੀਂ ਅੱਗੋ ਸ਼ੈ ਕੋਈ ਨਹੀਂ ਦਿੰਦੇ ਉਹ ਨਾ ਮਸਲੇ ਹੱਲ ਹੋਏ ਨਾ ਪੈਸੇ ਨਾ ਪੈਸੇ ਆਏ ਹਾਂ ਉਹ ਮੋੜ ਘੇੜ ਕੇ ਕੋਤੀ ਬੋਰ ਥੱਲੇ ਬੋਰ ਥੱਲੇ ਆ ਗਏ ਅਸਰੋ ਐਸਾ ਬੈਠੇ ਉੱਥੇ ਹਾਂ ਫੇਸਬੁਕ ਵਾਲਿਓ ਕਰ ਦੋ ਮੋਨਟਾਈਜੇਸ਼ਨ ਪਾਕਿਸਤਾਨੋਂ ਨਹੀਂ ਤੇ ਤੁਹਾਡਾ ਬੁਰਾ ਹਾਲ ਕਰ ਲੈਣਾ ਇਹ ਵੀਡੀਓ ਬਣਾਵਣਾ ਹਾਂ ਮੋਨਟਾਈਜੇਸ਼ਨ ਹਾਂ ਮੋਨਟਾਈਜੇਸ਼ਨ ਮੋਨਟਾਈਜੇਸ਼ਨ ਕਰਵਾਉਂ ਹਾਂ ਨਹੀਂ ਤੇ ਅਸੀਂ ਉਹ ਮਰਾਸੀ ਵਾਲੀਆਂ ਜੁਗਤਾ ਬਹੁਤ ਮਾਰਾਂਗੇ ਹਾਂ ਹਾਂ ਨਹੀਂ ਉਹ ਵੇਲੀ ਪਤਾ ਨਹੀਂ ਕਿ ਉਹ ਜਿੱਦਾਂ ਆ ਕੇ ਨਾ ਤੇ ਉਹ ਪਾਵਲੀਆਂ ਦੇ ਕੋਠੇ ਤੇ ਕਾਂ ਬਹਿ ਗਿਆ ਉਹ ਲੱਕੜ ਵਾਲੀ ਪੌੜੀ ਲੱਗੀ ਸੀ ਨਾ ਉਹਨੇ ਭੱਜ ਕੇ ਪੌੜੀ ਲਾਹਤੀ ਕਹਿੰਦਾ ਹੁਣ ਥੱਲੇ ਆ ਪਤਾ ਨਹੀਂ ਕੀ ਦਿਮਾਗ ਹੈ ਬਾਕੀਆਂ ਨੂੰ ਦੇਈ ਜਾਂਦੇ ਆ ਸਾਨੂੰ ਵੀ ਦੇ ਦਿਓ ਹਾਂ ਕੀ ਆnde ਮੁੰਡੇ ਪਰਚਾਨਾ ਕਰਾ ਦੀ ਇਹਨਾਂ ਦੇ ਫੇਸਬੁੱਕ ਵਾਲਿਆਂ ਦੇ ਆਹੋ ਉਹ ਉਹ ਗੱਲ ਆ ਇੱਥੇ ਸਾਡੇ ਹੋਈ ਐ ਇਦਾਂ ਹੂੰ ਉਹ ਕਾਂ ਬੈਠਾ ਨਾ ਬਨੇਰੇ ਤੇ ਬੋਲਦਾ ਸੀ ਉਹ ਬੰਦਾ ਲੰਘਿਆ ਜਾਂਦਾ ਤੇ ਉਹਨੇ ਆਖਿਆ ਚੌਰੀ ਸਾਹਿਬ ਤੁਹਾਡੇ ਇਲਾਕੇ ਪਰੌਣੇ ਆਣਗੇ ਕਾਂ ਬੋਲਦਾ ਬਨੇਰੇ ਤੇ ਹੂੰ ਰਾਤੀ ਚੋਰ ਆਗੇ ਅੱਛਾ ਉਹਨਾਂ ਨੇ ਉਹਦੇ ਤੇ ਪਰਚਾ ਕਰਾ ਕੇ ਚਕਾ ਲਿਆ ਆਹ ਉਹ ਗੱਲ ਨਾ ਹੋਵੇ ਹਾਂ ਵੀ ਸਾਡੇ ਪਰਚਾ ਜੀ ਅੱਛਾ ਉਹ